ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਇੱਕ ਸਿੱਖਿਆ ਸੰਸਥਾ ਦਾ ਉਦਘਾਟਨ ਕੀਤਾ। ਇਸ ਮੌਕੇ ਪ੍ਰਬੰਧਕਾਂ ਨੇ ਐਲਾਨ ਕੀਤਾ ਕਿ ਹੋਣਹਾਰ ਵਿਦਿਆਰਥੀਆਂ ਨੂੰ ਮੁਫਤ ਵਿੱਦਿਆ ਦਿੱਤੀ ਜਾਵੇਗੀ। ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਇੱਕ ਸਿੱਖਿਆ ਸੰਸਥਾ ਦੀ ਇਕਾਈ ਦੇ ਉਦਘਾਟਨ ਮੌਕੇ ਕਿਹਾ ਕਿ ਸਮੇਂ ਦੇ ਹਾਣ ਨਾਲ ਸਾਡੇ ਲਈ ਤਕਨੀਕੀ ਸਿੱਖਿਆ ਬਹੁਤ ਜ਼ਰੂਰੀ ਹੈ। ਔਜਲਾ ਨੇ ਦਾਅਵਾ ਕੀਤਾ ਕਿ ਜਿੱਥੇ ਇਹ ਵਿੱਦਿਅਕ ਸੰਸਥਾ ਆਮ ਵਿਦਿਆਰਥੀਆਂ ਨੂੰ ਘੱਟ ਫੀਸਾਂ 'ਤੇ ਪੜ੍ਹਾਈ ਕਰਵਾਏਗੀ, ਉੱਥੇ ਹੋਣਹਾਰ ਵਿਦਿਆਰਥੀਆਂ ਤੋਂ ਕੋਈ ਵੀ ਖਰਚਾ ਨਹੀਂ ਲਿਆ ਜਾਵੇਗਾ। ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਇੰਸਟੀਚਿਊਟ ਜਿਹੜਾ ਅਸੀਂ ਸ਼ੁਰੂ ਕੀਤਾ ਹੈ, ਇਹ ਸਿਰਫ ਇੱਕ ਕੋਚਿੰਗ ਇੰਸਟੀਚਿਊਟ ਨਹੀਂ ਹੈ, ਕਿਤੇ ਨਾ ਕਿਤੇ ਸਾਡਾ ਇੱਕ ਉਪਰਾਲਾ ਹੈ, ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਬੱਚੇ ਅੱਜ ਪੜ੍ਹਾਈ ਤੋਂ ਭੱਜ ਰਹੇ ਆ ਜਾਂ ਕਿਤੇ ਨਾ ਕਿਤੇ ਡਾਕਟਰ ਇੰਜੀਨੀਅਰ ਬਣਨ ਦੇ ਵਿੱਚ ਕਿਤੇ ਨਾ ਕਿਤੇ ਅੜਚਨ ਆ ਰਹੀ ਹੈ, ਉਹਨਾਂ ਨੂੰ ਅਸੀਂ ਅੱਗੇ ਲੈ ਕੇ ਜਾ ਸਕੀਏ। ਜਿਹੜੇ ਸਾਡੇ ਪੜ੍ਹਾਈ ਦੇ ਤਰੀਕੇ ਬਹੁਤ ਜ਼ਿਆਦਾ ਈਜ਼ੀ, ਇੰਟਰਸਟਿੰਗ ਅਤੇ ਇਸ ਤਰ੍ਹਾਂ ਦੇ ਹੋਣਗੇ ਕਿ ਬੱਚਿਆਂ ਦਾ ਮਨ ਲੱਗੇਗਾ ਪੜ੍ਹਾਈ ਦੇ ਵਿੱਚ। ਅੱਜ ਐਪੈਕਸ ਦਾ ਜਿਹੜਾ ਐਜੂਕੇਸ਼ਨ ਸੈਂਟਰ ਹੈ, ਇਹਨਾਂ ਨੇ ਪੰਜਾਬ 'ਚ ਜਿਹੜੀਆਂ ਬ੍ਰਾਂਚਾਂ ਖੋਲ੍ਹਣ ਜਾ ਰਹੇ, ਅੱਜ ਪਹਿਲੀ ਬ੍ਰਾਂਚ ਇਹਨਾਂ ਕਸ਼ਮੀਰ ਹੈ, ਉਹਨੇ ਸਹਿਜ ਇਨਕਲੇਵ ਦੀ ਮਾਰਕੀਟ ਦੇ ਵਿੱਚ ਖੋਲ੍ਹੀ ਹੈ, ਕਿਉਂਕਿ ਇਹਨਾਂ ਦਾ ਪਹਿਲਾਂ ਆਈਲੈਟਸ ਦੇ ਜਿਹੜੇ ਸੈਂਟਰ ਹੈ ਉਹ ਚੱਲਦੇ ਨੇ। ਇਹਦੇ 'ਚ ਇਹਨਾਂ ਨੇ ਜਿਹੜੀ ਐਜੂਕੇਸ਼ਨ ਦੀ ਟੈਕਨੀਕ ਹੈ, ਜਿਵੇਂ ਅੱਗੇ ਪਹਿਲਾਂ ਤੋਂ ਟਿਊਸ਼ਨ ਸੈਂਟਰ ਹੁੰਦੇ ਆ, ਇਹਨੂੰ ਉਹਨਾਂ ਨੇ ਇੱਕ ਅਪਗ੍ਰੇਡ ਸੈਂਟਰ ਦੇ ਤੌਰ 'ਤੇ ਵੀਡੀਓ ਵਿਜ਼ੂਅਲਸ ਦੇ ਹਿਸਾਬ ਦੇ ਨਾਲ ਬੱਚੇ ਦੀ ਮਨੋਬਿਰਤੀ ਕਿਸ ਤਰੀਕੇ ਦੀ ਆ, ਉਹਨੂੰ ਕਿਸ ਚੀਜ਼ ਦੀ ਲੋੜ ਹੈ, ਕਿਉਂਕਿ ਉਸ ਤਰੀਕੇ ਨਾਲ ਉਹਨੂੰ ਤਿਆਰੀ ਕਰਾਉਣੀ ਕਿ ਉਹ। ਸੋਨੂੰ ਨਰੂਲਾ ਦੀ ਰਿਪੋਰਟ।